ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ ਅੱਜ ਆਪਣੀ ਵਿਜਿਟ ਹੈਗੀ ਆ ਸ਼ਹਿਰ ਅੰਮ੍ਰਿਤਸਰ ਜੀ, ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਹੀ ਪੈਂਦਾ। ਕਹਿੰਦਾ ਵੀਰ ਅੱਗੇ ਵੀਡੀਓ ਬਣਾਈ ਸੀ ਜੀ ਆਪਾਂ, ਅੱਜ ਵੀ ਕੋਈ ਪਸ਼ੂ ਸੇਲ ਆ ਵੀਰਾਂ ਕੋਲ, ਜਾਂ ਉਹਨੂੰ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਨ ਤੋਂ ਪਹਿਲਾਂ ਇੱਥੇ ਆਓ ਕਿ ਚੁਆਈ ਕਰੋ, ਪਾਸ ਕਰੋ, ਪੂਰੇ ਦਰਸ਼ਨ ਕਰ ਦਿਓ। ਵਾਹ ਵਾਹ ਜੀ, ਇਹ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰਦਿਆ ਕਰੋ। ਚਲੋ ਗਾਹਾਂ 'ਚ ਵੀ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਵਧੀਆ? ਵਧੀਆ। ਚਲੋ ਵਧੀਆ ਚੱਲ ਰਿਹਾ ਕੰਮ? ਹਾਂਜੀ ਹਾਂਜੀ। ਆ ਜਾਓ ਫਿਰ, ਪਸ਼ੂ ਕਿੰਨੇ ਆ? ਅੱਜ ਇੱਕੋ ਮਾਝੀ ਆ। ਇੱਕੋ ਹੀ ਆ? ਚਲੋ ਦੱਸੋ, ਸੂਆ ਜੀ? ਇਹ ਦੂਸਰਾ ਸੂਆ ਵੀਰੇ। ਸੂਈ ਹੈ ਜੀ? ਹਾਂਜੀ, ਮਗਰ ਕੱਟੀ ਆ। ਕਿੰਨੇ ਟਾਈਮ ਹੋ ਗਿਆ ਜੀ ਇਹਨੂੰ? ਇਹਨੂੰ ਵੀਰੇ 1.5 ਮਹੀਨਾ, 2 ਲਾ ਕੇ ਚਲੋ। ਕਿਹੜੀ ਕੱਟੀ ਹੈ ਜੀ? ਆ ਜੀ। ਅੱਛਾ, ਫਿਰ ਜਾ ਰਹੇ ਹੋ, ਫਿਰ 2.5-3 ਮਹੀਨੇ ਵੀ ਹੋ ਸਕਦੇ ਆ। ਹਾਂਜੀ। ਹੈ ਨਾ ਜੀ? ਹਾਂ। ਅਤੇ ਦੁੱਧ ਕਿੰਨਾ ਸਹੀ? ਸਹੀ ਵੀਰੇ 10 ਕਿਲੋ ਆਪਾਂ 8 ਕਿਲੋ ਦੱਸਾਂਗੇ। ਟੋਕੜਾ ਆ ਕੇ ਫਿਰ ਮੰਨ ਕੇ ਚਲੀਏ। ਆ ਟੋਕੜੀ ਹੋ ਗਈ ਜੀ, ਚਲੋ ਤੋਰੋ ਫਿਰ ਇਹਨੂੰ। ਹਾਂ ਲਓ ਜੀ, ਚੈੱਕ ਕਰੋ, ਆਹ ਦੇਖੋ ਚੁਆਪ ਸਮਾਂ ਵਧੀਆ ਜੀ ਬਿਲਕੁਲ। ਅੱਛਾ ਮਗਰਲਾ? ਅੱਛਾ ਅਗਰਲਾ, ਇਹ ਤੋਰੋ ਆਹ ਹੈ ਨਾ ਜੀ, ਠੀਕ ਆ। ਆਹ ਦੇਖੋ ਉਹ 8 ਕਿਲੋ ਦੁੱਧ ਪੱਕਾ ਹੈਗਾ। ਲਓ ਜੀ ਕੱਟੀ ਆ ਜੀ, ਆਹ ਦੇਖ ਲਓ। ਚਲੋ ਬਸ ਠੀਕ ਆ। ਅਤੇ ਭਾਅ ਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ 50,000 ਰੁਪਇਆ। ਕਿੰਨਾ ਮਾਨ ਤੁਹਾਨੂੰ? 5,000। ਇੱਕ ਹੋਰ ਛੱਡ ਦਿਓ, 44,000 ਦੇ ਦਿਓ। ਚਲੋ ਨੰਬਰ ਬੋਲ ਦਿਓ ਫਿਰ ਆਪਣਾ। ਨੰਬਰ 87-288-0-30-74। ਇੱਕ ਫਿਰ ਬੋਲੋ। 87-288-0-30-74। ਚਲੋ ਠੀਕ, ਸਤਿ ਸ਼੍ਰੀ ਅਕਾਲ।